ਸੰਤ ਸਰਬ ਵਿਆਪੀ ਹੁੰਦੇ ਹਨ। ਸੰਤ ਭਾਈ ਤੇਜਾ ਸਿੰਘ ਜੀ ਦੇ ਛੋਟੇ ਭਚੰਗੀ ਹਰੀ ਸਿੰਘ ਨੂੰ ਗੁਰਬਾਣੀ ਨਾਲ ਬਹੁਤ ਪ੍ਰੇਮ ਸੀ। ਉਹ ਗੁਟਕਾ ਸਾਹਿਬ ਨੂੰ ਪੰਜ ਪੰਜ ਰੁਮਾਲ ਲਪੇਟ ਕੇ ਰੱਖਦਾ ਅਤੇ ਕਹਿੰਦਾ, ਬਾਣੀ ਦੀ ਇੱਕ ਇੱਕ ਤੁੱਕ ਗੁਰੂ ਦਾ ਰੂਪ ਹੈ। ਭਚੰਗੀ ਬੱਚਿਆਂ ਨਾਲ ਪ੍ਰੇਮ ਰੱਖਦਾ ਅਤੇ ਸਾਧੂਆਂ ਨਾਲ ਬੜੇ ਅਦਬ ਨਾਲ ਵਰਤਦਾ। ਛੇਤੀ ਹੀ ਇਸਨੇ ਸਾਰਿਆਂ ਦਾ ਮਨ ਮੋਹ ਲਿਆ, ਪਰ ਛੋਟੀ ਉਮਰ ਵਿੱਚ ਹੀ ਬਿਮਾਰ ਹੋ ਗਿਆ। ਅਨੇਕਾਂ ਅਗੰਮੀ ਬਚਨ ਕਰਨ ਲੱਗਾ। ਬਿਮਾਰੀ ਦੇ ਜ਼ੋਰ ਫੜਨ 'ਤੇ ਸੰਗਤ ਨੇ ਅਖੰਡ ਪਾਠ ਸਾਹਿਬ ਆਰੰਭ ਕੀਤਾ। ਰਾਤ ਦੇ ਸਮੇਂ ਭਚੰਗੀ ਦੀ ਮੰਜੀ ਸਰੋਵਰ ਦੀਆਂ ਪਰਿਕਰਮਾ ਵਿੱਚ ਡਾਹੀ ਅਤੇ ਭਾਈ ਤੇਜਾ ਸਿੰਘ ਜੀ ਨੇ ਪੁੱਛਿਆ, ਕਾਕਾ, ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਸੱਦ ਭੇਜੀਏ। ਹਰੀ ਸਿੰਘ ਬੋਲਿਆ, ਬਾਬਾ ਜੀ, ਸੰਤ ਜੋ ਦੇਹ ਰੂਪ ਨਹੀਂ ਸ਼ਬਦ ਗੁਰੂ ਦਾ ਸਰੂਪ ਅਤੇ ਸਰਵ ਵਿਆਪੀ ਹੁੰਦੇ ਹਨ, ਹਰ ਵਕਤ ਮੇਰੇ ਨਾਲ ਹਨ। ਆਪਣੇ ਆਤਮ ਮਿਲਾਪ ਦਾ ਚਿਲਕਾਰਾ ਦਿਖਾ ਕੇ ਦੂਜੇ ਦਿਨ ਅੰਮ੍ਰਿਤ ਵੇਲੇ ਅਖੰਡ ਪਾਠ ਦੇ ਮੱਧ ਸਮੇਂ ਭਚੰਗੀ ਗੁਰਪੁਰੀ ਸਿਧਾਰ ਗਿਆ।